ਫਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਦੇ ਵਿੱਚ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਖੇਡਾਂ ਦਿੱਤੇ ਗਏ ਇਨਾਮ। ਫਾਜ਼ਿਲਕਾ ਦੇ ਬਹੁਮੰਤਵੀ ਖੇਡ ਸਟੇਡੀਅਮ ਦੇ ਵਿੱਚ ਅੱਜ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਖੇਡਾਂ ਕਰਵਾਈਆਂ ਗਈਆਂ। ਇਹ ਖੇਡਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਲਈ ਆਯੋਜਿਤ ਕੀਤੀਆਂ ਗਈਆਂ, ਜਿਸ ਦੇ ਵਿੱਚ ਵਿਜੇਤਾ ਵਿਦਿਆਰਥੀਆਂ ਨੂੰ ਪੁਰਸਕਾਰ ਵੀ ਵਿਤਰਨ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤੇ ਇਹ ਗੇਮਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਭਾਗ ਲੈ ਰਹੇ ਹਨ। ਉਹਨਾਂ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਇੱਥੇ ਬਲਾਕ ਸਤਰੀ ਖੇਡਾਂ ਕਰਵਾਈਆਂ ਗਈਆਂ, ਜਿਸ ਦੇ ਵਿੱਚ ਕਈ ਬੱਚਿਆਂ ਵੱਲੋਂ ਸ਼ਿਰਕਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਵਿੱਚ ਖੇਡਾਂ ਦੇ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਲਈ ਇਹ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਵਿਜੇਤਾ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਹਨ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਗੀਤਾ ਗੋਸਵਾਮੀ। ਮੈਂ ਬਤੌਰ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਵਿਖੇ ਕੰਮ ਕਰ ਰਹੀ ਹਾਂ। ਅੱਜ ਇੱਥੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਹੋ ਰਹੀਆਂ ਹਨ, ਜਿਸ ਵਿੱਚ ਮੈਂਟਲੀ ਰਿਟਾਰਡਡ ਬੱਚੇ, ਸਰਵਲ ਪਾਲਸੀ ਬੱਚੇ, ਬਲਾਇੰਡ ਬੱਚੇ, ਹੇਅਰਿੰਗ ਇੰਪੇਅਰਡ ਬੱਚੇ ਪਾਰਟੀਸਪੇਟ ਕਰ ਰਹੇ ਹਨ। ਇੱਥੇ ਵੱਖ ਵੱਖ ਈਵੈਂਟਸ ਵਿੱਚ ਐਥਲੀਟ ਈਵੈਂਟ, ਸ਼ਾਰਟ ਪੁੱਟ, ਲੌਂਗ ਜੰਪਸ, ਬੈਡਮਿੰਟਨ ਵਿੱਚ ਉਹਨਾਂ ਵੱਲੋਂ ਪਾਰਟੀਸਪੇਸ਼ਨ ਕੀਤਾ ਜਾ ਰਿਹਾ। ਜਿਹੜੇ ਬੱਚੇ ਫਸਟ ਸੈਕਿੰਡ ਪੋਜੀਸ਼ਨ ਇੱਥੇ ਹਾਸਿਲ ਉਹ ਬੱਚੇ ਜਿਹੜਾ ਹੈ ਸਟੇਟ ਲੈਵਲ ਦੀਆਂ ਖੇਡਾਂ ਜਿਹੜੀਆਂ ਕਿ 8 ਅਤੇ 9 ਨੂੰ ਲੁਧਿਆਣਾ ਵਿਖੇ ਹੋਣੀਆਂ ਨੇ, ਉੱਥੇ ਪਾਰਟੀਸਪੇਟ ਕਰਨਗੇ ਅਤੇ ਉੱਥੇ ਜਿਹੜਾ ਹੈ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨਗੇ। ਇਹ ਮੈਮ ਖੇਡਾਂ ਕਦੋਂ ਤੋਂ ਸ਼ੁਰੂ ਹੋਈਆਂ ਜੀ? ਸਰ ਇਹ ਖੇਡਾਂ 17 ਤਰੀਕ ਤੋਂ ਸ਼ੁਰੂ ਹੋਈਆਂ ਨੇ। ਪਹਿਲਾਂ ਇਹ ਖੇਡਾਂ ਅਬੋਹਰ 'ਚ ਹੋਈਆਂ ਨੇ, 18 ਤਰੀਕ ਨੂੰ ਜਲਾਲਾਬਾਦ ਅਤੇ 19 ਤਰੀਕ ਨੂੰ ਫਾਜ਼ਿਲਕਾ ਵਿਖੇ ਹੋਈਆਂ ਨੇ। ਇਸ ਵਿੱਚ ਜਿਹੜਾ ਹੈ ਬਲੌਕ ਦੇ ਬੱਚਿਆਂ ਨੇ ਪਾਰਟੀਸਪੇਟ ਕੀਤਾ ਹੈ। ਉਸ ਉਹਨਾਂ ਵਿੱਚੋਂ ਜਿਹੜਾ ਫਸਟ ਸੈਕਿੰਡ ਪੋਜੀਸ਼ਨ ਜਿਨ੍ਹਾਂ ਬੱਚਿਆਂ ਨੇ ਹਾਸਿਲ ਕੀਤੀ ਹੈ ਉਹਨਾਂ ਬੱਚਿਆਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪੱਧਰ 'ਤੇ ਪਾਰਟੀਸਪੇਟ ਕੀਤਾ ਜਾ ਰਿਹਾ ਹੈ। ਇਹ ਖੇਡਾਂ ਮੈਮ ਕਿਹਨਾਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ? ਇਹ ਖੇਡਾਂ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਅਤੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ? ਮੈਂ ਲੋਕਾਂ ਤੋਂ ਇਹੀ ਅਪੀਲ ਕਰਾਂਗੀ ਕਿ ਤੁਹਾਡੇ ਨੇੜੇ ਤੇੜੇ ਮਤਲਬ ਜਿਹੜਾ ਵੀ ਕਿਸੇ ਵੀ ਤਰ੍ਹਾਂ ਦਾ ਦਿਵਿਆਂਗ ਬੱਚਾ ਮਤਲਬ ਰਹਿ ਰਿਹਾ ਹੈ, ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋ ਕਿ ਉਹ ਵੱਧ ਤੋਂ ਵੱਧ ਸਕੂਲਾਂ ਵਿੱਚ ਦਾਖਲ ਕਰਾਉਣ, ਤਾਂ ਕਿ ਉਹ ਬੱਚੇ ਸਕੂਲਾਂ ਵਿੱਚ ਜਾ ਕੇ ਵੀ ਜਿਹੜਾ ਹੈ ਇੱਕ ਆਪਣਾ ਮਤਲਬ ਪਹਿਚਾਣ ਬਣਾ ਸਕਣ ਔਰ ਹਰ ਮੁਕਾਮ ਹਾਸਿਲ ਕਰ ਸਕਣ। ਇੱਕ ਮੈਮ ਤੁਸੀਂ ਕਲੀਅਰ ਸ਼ਬਦਾਂ ਦੇ ਵਿੱਚ ਦੱਸ ਸਕਦੇ ਹੋ ਇਹਦੇ ਵਿੱਚ ਕਿਹੜੇ ਕਿਹੜੇ ਬੱਚੇ ਪਾਰਟੀਸਪੇਟ ਕਰ ਰਹੇ ਹੈ? ਇਸ ਇਹਨਾਂ ਖੇਡਾਂ ਵਿੱਚ ਮੈਂਟਲੀ ਰਿਟਾਰਡਡ ਬੱਚੇ, ਹੇਅਰਿੰਗ ਇੰਪੇਅਰਡ ਬੱਚੇ, ਸਰਵਲ ਪਾਲਸੀ ਬੱਚੇ ਔਰ ਬਲਾਇੰਡ ਬੱਚੇ ਪਾਰਟੀਸਪੇਟ ਕਰ ਰਹੇ ਹਨ। ਤੁਹਾਡੇ ਵੱਲੋਂ ਯਾਨੀ ਕਿ ਇੱਕ ਰਿਕੁਐਸਟ ਕੀਤੀ ਜਾ ਰਹੀ ਹੈ, ਅਗਰ ਕੋਈ ਉਹਨਾਂ ਦੇ ਆਸ ਪੜੋਸ ਕੋਈ ਵੀ ਬੱਚਾ ਹੈ ਤਾਂ ਉਹਨੂੰ ਉੱਥੇ ਜੁਆਇਨ ਕਰਵਾਇਆ ਜਾਵੇ ਸਕੂਲ? ਹਾਂਜੀ, ਸਰਕਾਰੀ ਸਕੂਲਾਂ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਏ ਤਾਂ ਜੋ ਉਹ ਬੱਚੇ ਵੀ ਪੜ੍ਹ ਕੇ ਆਮ ਬੱਚਿਆਂ ਵਾਂਗ ਜੋ ਹੈ ਆਪਣੀ ਜ਼ਿੰਦਗੀ ਜੀ ਸਕਣ। ਸਰ ਕੀ ਨਾਮ ਹੈ ਤੁਹਾਡਾ? ਰੂਪ ਸਿੰਘ, ਨੋਡਲ ਇੰਚਾਰਜ ਡਿਸਟ੍ਰਿਕਟ ਫਾਜ਼ਿਲਕਾ। ਸਪੈਸ਼ਲ ਐਥਲੀਟ ਜਿਹੜਾ ਸਪੈਸ਼ਲ ਸਪੋਰਟਸ ਜਿਹੜੀਆਂ ਗੇਮਸ ਆਪਾਂ ਕਰਵਾ ਰਹੇ ਹਾਂ ਜਿਹਦੇ ਵਿੱਚ ਡਿਸਬਿਲਟੀ ਵਾਈਜ਼ ਜਿਹੜੀਆਂ ਗੇਮ ਹੋ ਰਹੀਆਂ ਨੇ ਜਿਹਦੇ ਵਿੱਚ ਹੀਅਰਿੰਗ ਇੰਪੇਅਰਡ, ਇੰਟਲੈਕਚੁਅਲ ਡਿਸਬਿਲਟੀ ਔਰ ਸੀਪੀ ਬੱਚੇ ਔਰ ਹਰ ਇੱਕ ਕੈਟਾਗਰੀ ਜਿਹੜੀਆਂ 21 ਡਿਸਬਿਲਟੀਆਂ ਨੇ, 21 ਡਿਸਬਿਲਟੀਆਂ ਦੇ ਬੱਚੇ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ ਔਰ ਏਜ ਗਰੁੱਪ 8 ਤੋਂ 11, 12 ਤੋਂ 14 ਔਰ 15 ਤੋਂ 19 ਜਿਹੜੇ ਬੱਚੇ ਜਿਹੜੇ ਨੇ ਪਾਰਟੀਸਪੇਟ ਕਰ ਰਹੇ ਨੇ, ਜਿਹੜੇ ਵੱਖ ਵੱਖ ਸਕੂਲਾਂ ਦੇ ਬੱਚੇ ਜਿਹੜੇ ਨੇ ਇਹ ਪਾਰਟੀਸਪੇਟ ਕਰ ਰਹੇ ਨੇ। ਇਹ ਸਰ ਖੇਡਾਂ ਕਦੋਂ ਤੋਂ ਸ਼ੁਰੂ ਹੋਈਆਂ ਜੀ? ਇਹ ਖੇਡਾਂ ਜਿਹੜੀਆਂ ਅੱਜ ਡਿਸਟ੍ਰਿਕਟ ਲੈਵਲ 'ਤੇ, ਇੱਕ ਪਹਿਲੇ ਜਿਹੜੀਆਂ ਤਹਿਸੀਲ ਲੈਵਲ 'ਤੇ ਹੋਈਆਂ ਔਰ ਜਿਹਦੇ ਵਿੱਚ ਵੱਖ ਵੱਖ ਬਲਾਕਾਂ ਦੇ ਬੱਚੇ ਜਿਹੜੇ ਨੇ ਉਹ ਸਿਲੈਕਟ ਹੋ ਕੇ ਔਰ ਫਿਰ ਡਿਸਟ੍ਰਿਕਟ ਲੈਵਲ 'ਤੇ ਜਿਹੜੇ ਬੱਚੇ ਫਸਟ ਸੈਕਿੰਡ ਆਏ ਸੀ ਉਹਨਾਂ ਦੀ ਅੱਜ ਡਿਸਟ੍ਰਿਕਟ ਹੈ। ਡਿਸਟ੍ਰਿਕਟ ਲੈਵਲ ਤੋਂ ਬਾਅਦ ਇਹ ਬੱਚੇ ਜਿਹੜੇ ਇੱਥੋਂ ਫਸਟ ਸੈਕਿੰਡ ਆਉਣਗੇ ਉਹ ਸਟੇਟ ਲੈਵਲ 'ਤੇ ਜਾਣਗੇ। ਜਿਹੜੇ ਅੱਜ ਫਾਜ਼ਿਲਕਾ ਦੇ ਸਟੇਡੀਅਮ ਦੇ ਵਿੱਚ ਕਿੰਨਵਾਂ ਦਿਨ ਨੇ ਜੀ ਇੱਥੇ ਖੇਡਾਂ ਦਾ? ਇੱਕ ਦਿਨ ਦੇ ਵਿੱਚ ਹੀ ਇਹ ਸਾਰੀਆਂ ਗੇਮਸ ਜਿਹੜੀਆਂ ਐਥਲੈਟਿਕਸ ਦੇ ਨਾਲ ਰਿਲੇਟਿਡ ਨੇ ਉਹ ਇੱਕ ਦਿਨ ਦੇ ਵਿੱਚ ਹੀ ਕਰਵਾਉਣਗੇ। ਅੱਜ ਜਿਹੜਾ ਯਾਨੀ ਕਿ ਜੇਤੂ ਬੱਚੇ ਕੱਢੇ ਜਾਣਗੇ ਜੀ? ਹਾਂਜੀ, ਉਹਨਾਂ ਨੂੰ ਬਕਾਇਦਾ ਜਿਹੜੀਆਂ ਮੈਡਲ ਔਰ ਬਕਾਇਦਾ ਬੱਚਿਆਂ ਨੂੰ ਸਰਟੀਫਿਕੇਟ, ਸਾਰੇ ਪਾਰਟੀਸਪੇਟ ਬੱਚਿਆਂ ਨੂੰ ਸਭ ਨੂੰ ਮੈਡਲ ਔਰ ਸਰਟੀਫਿਕੇਟ ਜਿਹੜੇ ਦਿੱਤੇ ਜਾਣ। ਹਾਂਜੀ ਸਰ, ਇਹ ਬੱਚੇ ਜਿਹੜੇ ਨੇ ਮਤਲਬ ਆਪਣੇ ਅਪੰਗ ਬੱਚੇ ਜਿਨ੍ਹਾਂ ਨੂੰ ਆਪਾਂ ਡਿਫਰੈਂਟਲੀ ਏਬਲ ਕਹਿ ਸਕਦੇ ਹਾਂ, ਅਪੰਗਤਾ ਸ਼ਬਦ ਅਸੀਂ ਯੂਜ਼ ਨਹੀਂ ਕਰਦੇ, ਵੱਖ ਵੱਖ ਇਹਨਾਂ ਦੇ ਵਿੱਚ ਅਬਿਲਿਟੀ ਹੈਗੀ ਆ, ਵੱਖ ਵੱਖ ਯੋਗਤਾ ਹੈਗੀ ਇਹਨਾਂ ਦੇ ਵਿੱਚ। ਇਹ ਬੱਚੇ ਜਿਹੜੇ ਨੇ ਵੱਖ ਵੱਖ ਯੋਗਤਾ ਦੇ ਅਕੋਰਡਿੰਗ ਹੀ ਭੱਜਦੇ ਨੇ, ਜਿਵੇਂ ਕੁਝ ਸੁਣਨ ਤੋਂ ਸਮਰੱਥ ਨੇ, ਬੋਲਣ ਤੋਂ ਸਮਰੱਥ ਨੇ ਜਾਂ ਅੱਖਾਂ ਤੋਂ ਦੇਖਣ ਤੋਂ ਸਮਰੱਥ ਨੇ, ਜਿਨ੍ਹਾਂ ਨੂੰ ਆਪਾਂ ਬਲਾਇੰਡ ਕਹਿੰਦੇ ਹਾਂ, ਅੱਖਾਂ ਤੋਂ ਦਿਖਾਈ ਨਹੀਂ ਦੇ ਰਿਹਾ ਜਾਂ ਦਿਮਾਗੀ ਤੌਰ 'ਤੇ ਨੇ, ਉਹ ਜਿਹੜੇ ਵੀ ਕੈਟਾਗਰੀ ਦੇ ਬੱਚੇ ਨੇ ਉਹ ਉਸ ਕੈਟਾਗਰੀ ਦੇ ਨਾਲ ਹੀ ਇਹਨਾਂ ਦੀ ਜਿਹੜੀ ਹੈ ਈਵੈਂਟ ਜਿਹੜੇ ਕਰਵਾਏ ਜਾ ਰਹੇ ਨੇ ਔਰ ਏਜ ਗਰੁੱਪ ਦੇ ਅਨੁਸਾਰ 8 ਤੋਂ 11 ਏਜ ਗਰੁੱਪ ਹੈ, 12 ਤੋਂ 14 ਏਜ ਗਰੁੱਪ ਹੈ
और 15 to 19 एज ग्रुप है और इस एज ग्रुप के अकॉर्डिंग ही इन बच्चों दी गेमां जिहड़ियां ने करवाईयां जा रही। हाँ जी सर, की नाम है तुहाडा? मैं अजय कुमार, DPO ब्लाक बोर 1। अज जिहड़ा है जिला पदरी विशेष लोड़ां वाले बच्चों दी खेडां करवाईयां जा रही ने, इस विच 8 ब्लाकां दे 152 बच्चे भाग लै रहे ने। मैनूं बहुत दसदिआं खुशी हो रही है कि पंजाब सरकार वल्लों इह विशेष उपराला कीता गया जिस विच विशेष लोड़ां वाले बच्चे भाग लै रहे ने ते अपने अपने हुनर दा प्रदर्शन कर रहे ने। इह सारे बच्चे अपने ब्लाकां विच पहले दूजे स्थान ते रहिण वाले ने। इस तों बाद इह हुण स्टेट पदरी 8 ते 9 दसंबर नूं होण वाली खेडां विच जो बच्चे इहनां चों पहले ते दूजे स्थान ते आउणगे इह भाग लैणगे ते अपने अपने जिले दा उत्थे नां रोशन करनगे। सानूं बहुत खुशी है, इह बच्चे बहुत दिल नाल खेड रहे ने, बहुत वधिया लग रहे ने। ये सर अगर बच्चे जिहड़े तुसीं स्पैशली कह रहे हो एक किस तरह दे बच्चे है जी? ये अलग अलग कैटेगरी है, जिवें कोई विजुअल है या ऑर्थो दिव्यांग बच्चा है उन्हां दी अलग अलग खेडां। इहदे विच ब्लाइंड बच्चे भी भाग लै रहे है जी? ब्लाइंड बच्चे ब्लाइंड भी लै रहे हैं। तो सर तुसीं लोगों नूं खेडां दे बारे की संदेश देना चाहोगे साडे चैनल दे माध्यम? मैं तो यही कहना चाहना जिन्ना तुसीं टाइम कढ सकदे हो अपने बच्चों नूं आपदे लई खेडां च भाग लो, बच्चों नूं दवाओ तां जो जिहड़े अपने समाज में गल चल रही है नशे तो हट के आप खेड वाले पासे आईए ता जो आप एक चंगे समाज की सृजना कर सकें।